और मैं प्रशासन नूं एक बेनती करांगा कि माहौल ना खराब किया जाए। जिहड़े बीजेपी वाले आए ने तेरह स्टेजां उत्ते किधर भौके देण वाले आ रहे, अजे कोई डरन वाले नहीं है। इन्होंने इतने सगा मैराथन का या बच्चे बाहरों बुला रहा है, कुछ किसान जत्थेबंदी इतने आई है, उन्होंने कहा भी असी नहीं होन देना। बीजेपी की अगुवाई के युवा मोर्चा की अगुवाई हेठ जो प्रोग्राम होगा, मुड़िया ने बाइकाट करता और जबरदस्ती जो बीजेपी प्रोग्राम करना चाहती है। मैं दस देना कि बीजेपी वाले शर्म कर लो, कुछ लखीमपुर के कतल कराता और अज का जो 84 का माहौल लोग कहते हैं, मैं सुनया ही 84 का माहौल जो कांग्रेस ने बनाया बिल्कुल नहीं, और इन्हें बीजेपी वाले ने 84 का माहौल बनाया। किसानों वालों भाजपा का विरोध लगातार जारी है। जदों भी भाजपा वालों कोई प्रोग्राम उलीकया जाता है तो किसान पहुँच जाते हैं। अजय कुछ होया पठानकोट के हलका सुजानपुर च, जिथे भाजपा वालों मैराथन दौड़ का आयोजन किया जाना सी, पर किसानों ने पहुंच के इस प्रोग्राम नू रद्द करवा दिता। ਇਹ ਤਕਰੀਬਨ ਕੁਝ ਦਿਨ ਪਹਿਲਾਂ ਨੌਜਵਾਨ ਮੁੰਡਿਆਂ ਵਿੱਚ ਬਹਿ ਕੇ ਪ੍ਰੋਗਰਾਮ ਹੋਇਆ ਸੀ ਕਿ ਐਤਵਾਰ ਨੂੰ ਜਿਹੜਾ ਹਰ ਸੰਡੇ ਨੂੰ ਜਿਹੜਾ ਚੱਲੋ ਮੇਰਾ ਦਿਲ ਦੇ ਦੇ ਬਾਈਟ ਤੁਸੀਂ ਚੱਲੋ, ਔਰ ਮੁੰਡਿਆਂ ਵੱਲੋਂ ਕੁਝ ਪੈਸੇ ਜਾ ਦੇ ਕੇ ਇਹਨਾਂ ਨੂੰ ਪ੍ਰਾਈਜ਼ ਦਿੱਤੇ ਜਾਂਦੇ ਆ, ਔਰ ਇਹਨਾਂ ਮੁੰਡਿਆਂ ਨੇ ਸਲਾਹ ਕਰ ਲਈ ਕਿ 10 ਤਰੀਕ ਨੂੰ ਐਤਵਾਰ ਨੂੰ ਜਿਹੜਾ ਨੌਜਵਾਨ ਅਗਵਾਈ ਹੇਠ ਜਿਹੜਾ ਪ੍ਰੋਗਰਾਮ ਹੋਏਗਾ। ਕੁਝ ਨੌਜਵਾਨਾਂ ਨੇ ਜਾ ਕੇ ਬੀਜੇਪੀ ਦੇ ਪੋਸਟਰ ਲਾ ਕੇ ਬੱਬੂ ਦੇ ਜ਼ਿਲ੍ਹਾ ਪ੍ਰਧਾਨ ਇਹਨਾਂ ਦੇ ਤੇ ਬੀਜੇਪੀ ਦੀ ਅਗਵਾਈ ਦੇ ਵਿੱਚ ਜਿਹੜਾ ਯੁਵਾ ਮੋਰਚਾ ਦੀ ਅਗਵਾਈ ਹੇਠ ਜਿਹੜਾ ਪ੍ਰੋਗਰਾਮ ਹੋਏਗਾ, ਮੁੰਡਿਆਂ ਨੇ ਬਾਈਕਾਟ ਕਰਤਾ ਔਰ ਜ਼ਬਰਦਸਤੀ ਜਿਹੜਾ ਬੀਜੇਪੀ ਇਹ ਪ੍ਰੋਗਰਾਮ ਕਰਨਾ ਚਾਹੁੰਦੀ ਸੀ। ਨੌਜਵਾਨਾਂ ਵਿੱਚ ਰੋਸ ਸੀ, ਅੱਜ ਉਹ ਪ੍ਰੋਗਰਾਮ ਜਿਹੜਾ ਰੱਦ ਹੋਇਆ, ਔਰ ਬੀਜੇਪੀ ਵਾਲੇ ਜਿਹੜਾ ਕੋਈ ਜ਼ਬਰਦਸਤੀ ਲੋਕਾਂ ਦੇ ਵਿੱਚ ਕਰਨਾ ਚਾਹੁੰਦੇ ਆ, ਅੱਜ ਉਹ ਲੋਕ ਨਹੀਂ ਹੈ, ਕੋਈ ਗੁਲਾਮ ਨਹੀਂ ਹੈਗੇ ਕਿਸੇ ਦੇ, ਇਹ ਯਾਦ ਲੋਕ ਹੈ। ਇਹ ਰੱਦ ਕਿਹਦੇ ਵੱਲੋਂ ਕਰਵਾਇਆ ਗਿਆ ਹੈਗਾ? ਦੇਖੋ ਜਿਹੜੇ ਨੌਜਵਾਨ ਜਿਹੜੇ ਔਰ ਕਿਸਾਨ ਏਕਤਾ ਜਿਹੜਾ ਇਹਨਾਂ ਦਾ ਸਹਿਯੋਗ ਕਰ ਰਹੀ ਹੈ, ਇਕਜੁੱਟ ਹੋ ਕੇ ਨੌਜਵਾਨਾਂ ਦੇ ਨਾਲ ਹੈ, ਔਰ ਸਭ ਤੋਂ ਵੱਡੀ ਵੱਡੀ ਜਿੱਤ ਜਿਹੜੀ ਨੌਜਵਾਨਾਂ ਦੀ ਹੈ। ਮੈਂ ਨਹੀਂ ਚਾਹੁੰਦਾ ਵੀ ਕੋਈ ਕਿੱਥੋਂ ਆਇਆ, ਕੋਈ ਕਿਸੇ ਪਾਰਟੀ ਨਾਲ ਕੋਈ ਮਸਲਾ ਨਹੀਂ, ਅੱਜ ਮੈਂ ਵੀ ਜਿਹੜੀ ਮਰਜ਼ੀ ਪਾਰਟੀ ਨਾਲ ਹੋਗਾ ਮੈਂ ਪਾਰਟੀ ਦਾ ਬਿਲਕੁਲ ਨਹੀਂ ਨਾਲ ਆਵਾਂਗਾ, ਅੱਜ ਕਿਸਾਨੀ ਝੰਡੇ ਹੇਠ ਹੋ ਕੇ ਇਹਨਾਂ ਦੀ ਮਦਦ ਕੀਤੀ ਹੈ, ਔਰ ਨੌਜਵਾਨ ਵੀਰ ਮੇਰੇ ਜਿੱਥੇ ਕਹਿਣਗੇ ਦਿਨ ਰਾਤ ਇਹਨਾਂ ਲਈ ਜਾਣ ਲਈ ਤਿਆਰ ਹੈ। ਔਰ ਇੱਕ ਮੈਂ ਦੱਸ ਦੇਣਾ ਕਿ ਬੀਜੇਪੀ ਵਾਲਿਓ ਸ਼ਰਮ ਕਰ ਲਓ, ਕੁਛ ਲਖੀਮਪੁਰ ਦੇ ਵਿੱਚ ਤੁਸੀਂ ਕਤਲ ਕਰਾਤਾ, ਉੱਥੇ ਦੋਸ਼ੀ ਫੜੇ ਨਹੀਂ ਗਏ, ਔਰ ਅੱਜ ਦਾ ਜਿਹੜਾ 84 ਦਾ ਮਾਹੌਲ ਲੋਕ ਕਹਿੰਦੇ ਸੀ, ਮੈਂ ਸੁਣਿਆ ਸੀ 84 ਦਾ ਮਾਹੌਲ ਜਿਹੜਾ ਕਾਂਗਰਸ ਨੇ ਬਣਾਇਆ ਬਿਲਕੁਲ ਨਹੀਂ, ਔਰ ਇਹਨਾਂ ਬੀਜੇਪੀ ਵਾਲੇ ਨੇ 84 ਦਾ ਮਾਹੌਲ ਬਣਾਇਆ, ਅੱਜ ਇਹ ਮਾਹੌਲ ਬਣਾਉਣਾ ਚਾਹੁੰਦੇ, ਤੁਸੀਂ ਦੇਖ ਹੀ ਲਿਆ, ਪ੍ਰਸ਼ਾਸਨ ਨੇ ਵੀ ਦੇਖ ਲਿਆ, ਪ੍ਰੈਸ ਵਾਲਿਆਂ ਨੇ ਦੇਖ ਲਿਆ, ਮੇਰੇ ਵੀਰਾਂ ਨੇ, ਸਾਰਿਆਂ ਦਾ ਯੋਗਦਾਨ ਰਿਹਾ। ਤੁਹਾਡੇ ਮਾਧਿਅਮ ਰਾਹੀਂ ਜਿਹੜੀ ਅੱਜ ਇਹ ਖਬਰ ਬੜੀ ਦੂਰ ਤੱਕ ਜਾਣੀ ਹੈ, ਔਰ ਮੈਂ ਕੁਝ ਨੌਜਵਾਨ ਇੱਦਾਂ ਦੇ ਵੀ ਹੋਣਗੇ ਕਿ ਜਿਹੜੇ ਮੇਰੇ ਸੱਜਣ ਹੋਣਗੇ ਵਿੱਚ, ਮੈਂ ਇੱਕ ਗੱਲ ਕਹੀ ਹੈ ਕਿ ਜਿਹੜਾ ਅਗਲਾ ਪ੍ਰੋਗਰਾਮ ਜੋ ਵੀ ਹੋਏਗਾ, ਅੱਜ ਕੋਈ ਪ੍ਰੋਗਰਾਮ ਕੈਂਸਲ ਕੀਤੇ ਜਾਣਗੇ, ਅਗਲਾ ਨੌਜਵਾਨਾਂ ਦੀ ਅਗਵਾਈ ਦੇ ਵਿੱਚ ਜੋ ਵੀ ਪ੍ਰੋਗਰਾਮ ਇਹਨਾਂ ਦੀ ਸਲਾਹ ਬਣੇਗੀ ਆਪਸ ਵਿੱਚ ਕਰਨਗੇ, ਕੋਈ ਰਾਜਨੀਤਿਕ ਬੰਦਾ ਜਾਂ ਕੋਈ ਆਗੂ ਵਿੱਚ ਨਹੀਂ ਆਏਗਾ, ਸਾਡਾ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੋਏਗਾ। ਮੈਂ ਨੌਜਵਾਨ ਵੀਰਾਂ ਨੂੰ ਕਹਾਂਗਾ ਤੁਸੀਂ ਜਿੰਦਾਬਾਦ ਹੋ, ਜਿੰਦਾਬਾਦ ਰਹਿਣਾ ਹੈ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹੈ, ਬੀਜੇਪੀ ਵਾਲਿਓ ਅੱਜ ਤੁਸੀਂ ਇੱਥੇ ਧੱਕਾ ਕਰਦੇ ਸੀ, 2 ਮਹੀਨੇ ਰਹਿ ਗਏ ਪਿੰਡਾਂ ਦੇ ਵਿੱਚ, ਆ ਜਾਓ ਬੀਬੀਆਂ ਤੁਹਾਨੂੰ ਜਵਾਬ ਦੇ ਦੇਣਗੀਆਂ ਕਿਵੇਂ। ਇਸ ਦੌਰਾਨ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਸ਼ਰਾਰਤੀ ਤੱਤਾਂ ਵੱਲੋਂ ਇਸ ਪ੍ਰੋਗਰਾਮ ਨੂੰ ਖਰਾਬ ਕੀਤਾ ਗਿਆ। ਅੱਜ ਬੜਾ ਦੁੱਖ ਭਾਗੀ ਜਿਹਾ ਦਿਨ ਹੈ ਕਿ ਜਿੱਥੇ ਫਲਾਇੰਗ ਸਿੱਖ ਮਿਲਖਾ ਸਿੰਘ ਦੀ ਯਾਦ ਦੇ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ ਨੇ ਇਹ ਜਿਹੜਾ ਮੈਰਾਥਨ ਦਾ ਆਯੋਜਨ ਕੀਤਾ ਸੀ, ਜਿਹਦੇ ਵਿੱਚ ਨਾ ਸਿਰਫ ਸਾਡੇ ਇਲਾਕੇ ਦੇ ਬੱਚੇ ਬਲਕਿ ਉਹਨਾਂ ਤੋਂ ਬੱਚੀਆਂ ਔਰ 250 ਕੁੜੀਆਂ ਔਰ ਲਾਗੇ ਛਾਗੇ ਪ੍ਰਦੇਸ਼ ਦੇ ਬੱਚੇ ਜਿਹੜੇ ਸੀ ਉਹ ਇਸ ਮੈਰਾਥਨ ਦੇ ਵਿੱਚ ਆਏ ਸੀ ਹਿੱਸਾ ਲੈਣ ਵਾਸਤੇ, ਔਰ ਮਿਲਖਾ ਸਿੰਘ ਜੀ ਨੂੰ ਯਾਦ ਕਰਦੇ ਹੋਏ ਇਹ ਮੈਰਾਥਨ ਹੋਣੀ ਸੀ, ਜਿਹਦੇ ਵਿੱਚ ਕੁਛ ਸ਼ਰਾਰਤੀ ਤੱਤਵਾਂ ਇਸ ਮੈਰਾਥਨ ਨੂੰ ਰੋਕਣੇ ਦਾ ਪ੍ਰਯਾਸ ਕੀਤਾ, ਇੱਥੇ ਹੁੜਦੰਗਬਾਜ਼ੀ ਕੀਤੀ ਹੈ, ਜਿਹੜੀ ਸਟੇਜ ਸੀ ਉਹ ਤੋੜੀ ਗਈ ਹੈ, ਡੀਜੇ ਤੋੜਿਆ ਗਿਆ ਹੈ, ਔਰ ਨਾਅਰੇਬਾਜ਼ੀ ਜਿਹੜੀ ਹੈ ਕੀਤੀ ਗਈ ਹੈ। ਇਹ ਜਿਹੜਾ ਜੈ ਜਵਾਨ ਜੈ ਕਿਸਾਨ ਦਾ ਦੇਸ਼ ਹੈ, ਇਸੇ ਗਰਾਊਂਡ 'ਚੋਂ ਕਿੰਨੇ ਬੱਚੇ ਸਾਡੇ ਇਲਾਕੇ ਦੇ ਜਿਹੜੇ ਨੇ ਭਰਤੀ ਹੋ ਕੇ ਜਾ ਚੁੱਕੇ ਨੇ, ਤੁਸੀਂ ਗਰਾਊਂਡ 'ਤੇ ਨਜ਼ਰ ਮਾਰੋਗੇ, ਬੱਚੇ ਬੈਗ ਪਿੱਠੂ ਲੈ ਕੇ ਦੂਰ ਦੂਰ ਤੋਂ ਇਸ ਮੈਰਾਥਨ ਵਾਸਤੇ ਆਏ ਸੀ, ਔਰ ਇਹਦਾ ਇੱਕ ਮਕਸਦ ਸੀ ਸਮਾਜ 'ਚ ਇੱਕ ਸੰਦੇਸ਼ ਦੇਣਾ ਕਿ ਨਸ਼ੇ ਤੋਂ ਦੂਰ ਹੋ ਕੇ ਇਸ ਦੇਸ਼ ਦਾ ਬੱਚਾ ਜਿਹੜਾ ਹੈ ਉਹ ਇਸ ਦੇਸ਼ ਦੀ ਸੇਵਾ ਕਰ ਸਕੇ। ਬਟ ਅੱਜ ਇਹਨਾਂ ਨੇ ਜਿਹੜਾ ਇੱਕ ਰਾਜਨੀਤਿਕ ਪ੍ਰੋਪੋਗੈਂਡਾ ਕੀਤਾ,
वह बिल्कुल निंदनीय है। और मैं शाबाश दिना इतने के लोकल लोग जोड़े ने लोकल बच्चे जोड़े ने जोड़े इतने मैराथन वास्ते आते हैं दौड़ते हैं उन्होंने संयम रखे कि यहोजे जोड़े तत्व ने उन्हें जोड़ा कोई ऐसी जी है शरारत जी करना चाहते ही वह तो बचा रखे और ऐसा नहीं होना चाहिए। प्रशासन का भी कसूर है, देखो इतने इन्नी तोड़फोड़ हुई है और इन्ना जोड़ा नुकसान होया है, इहदा प्रशासन को चाहिए सी कि जेडे जिन्हों लोगों ने काम किया उन्होंने कार्रवाई की जाए उन्होंने धरपकड़ करके उन्होंने पूछा जाए कि पिछले की कारण। मौके पर पहुंचे पुलिस अधिकारी ने दसिया कि दोवां धिरां दे मन्नन तो बाद प्रोग्राम नूं रद्द किया गया जी। इन्होंने इत्थे सीगा मैराथन का या बच्चों बाहरों बुलाया सीगा कुछ किसान जत्थेबंदी इत्थे आई है उन्होंने कहा भी असीं नहीं होण देना हुण दोनों पार्टियां जिहड़ियां मन गईयां भी चलो ठीक है नहीं तो इनू जिहड़ा कैंसल किया गया। सर भाजपा वालों प्रोग्राम करवाया जा रहा सीगा? नहीं, ये यूथ वालों कराया जा रहा सी पर ये कह रहे कि बीजेपी के भी बंदे हैगे आ तो इत्थे तो कोई आए नहीं बीजेपी के जिहड़े आगू ने MLA साहब या दूजे तो नहीं आए भी फिर भी जिहड़े कोई बीजेपी के कहिंदे सीगे पर उन्होंने फिर भी कैंसल करता लान आर्डर नूं देखदे होए तो दोनों पार्टियां जिहड़ियां इस चीज़ नूं मन गईयां। सर जिहड़ा अपना बंद करवाया गया जां इहदा प्रोग्राम हैगा किसानां दे जिहड़े किसान नौजवान हैगे उन्हां वल्लों बंद करवाया गया? उन्होंने धरना दिता कि ये असी चीज़ होण नहीं देनी आ दो भी पार्टी समझ गई ये भी समझ गए तो जिहड़े बच्चे आए थे एथलैटिक्स के वो चले गए ने अपने घर नूं तो इस करके कैंसल हो गया। दस दिए कि खेती कानूनों के खिलाफ किसान अंदोलन लगातार जारी है, दिल्ली दीयां सरहदां ते किसान पक्के मोर्चे लगा के बैठे ने, केंद्र ते किसानां दे दरमियान गलबात दा सिलसिला भी लंबे समय तो बंद है, हुण देखना होवेगा कि आने वाले समय च किसान अंदोलन की मोड़ लैंदा है। पठानकोट तो धर्मेंद्र कुमार की रिपोर्ट D5 चैनल पंजाबी। D5 चैनल पंजाबी हुणे सबसक्राइब करो बैल आइकन ते क्लिक करो। बाणी गुरु गुरु है बाणी विच बाणी अमृत सारे ज्ञानी साहब सिंह जी शाहबाद मारकंडा वाले नाल करो सिद्धी गलबात ते जाणो गुरबाणी दे अर्थ। रोजाना पाठ करन वाले ये प्रोग्राम जरूर देखण ते गुरु साहब दीयां असीसां दे पात्र बनन। देखना ना भुलना साडा खास प्रोग्राम गुरबाणी ज्ञान ऐतवार सवेरे 7 तों 8 बजे तक D5 चैनल पंजाबी ते।